रोहिपुर में डिप्टी कमिश्नर कार्यालय के बाहर सैकड़ों किसानों ने पंजाब सरकार और जिला प्रशासन के खिलाफ धरना प्रदर्शन कर जमकर नारेबाजी की। किसानों ने फिरोजपुर शहर के कांग्रेसी विधायक और उसके साथियों की ओर से फिरोजपुर के गांव जोक हरिहर में जिला प्रशासन से मिली भुगत के चलते जमीन पर कब्जा करने और धक्केशाही करने के आरोप लगाए हैं। किसान यूनियन का झंडा लहरा रहे हैं और जो एयरपोर्ट आ गई है तो उसे बैठे ने अंदर कुर्सी हिलनी है पुत मेरे भी आएगा ना और जो यहाँ वाला भी वादा किया से वाले नजर आई तो मेरे मित्र उस वेले ਸਾਡੀ ਜ਼ਮੀਨ ਨੂੰ ਲੈ ਕੇ ਜੀ ਇਹ ਜਿਹੜੀ ਪੋਲੀਟੀਕਲ ਪਾਰਟੀ ਆ ਪਰਮਿੰਦਰ ਸਿੰਘ ਪਿੰਕੀ ਹੋਣੀ ਇਹ ਆਪਦੇ ਸਾਲਿਆਂ ਨੂੰ ਸਾਡੀ ਜ਼ਮੀਨ ਦੇ ਵਿੱਚ ਵਾੜਨਾ ਚਾਹੁੰਦੇ ਆ ਔਰ ਅਸੀਂ ਇਹਨਾਂ ਨੂੰ ਰੋਕਿਆ ਫਸਲ ਅਸੀਂ ਆਪਦੀ ਕੱਟੀ ਹੈ ਪਰ ਇਹਨਾਂ ਨੇ ਦਬਾਅ ਪਾ ਕੇ ਤਹਿਸੀਲਦਾਰ ਤੋਂ ਸਾਡੀ ਗਰਦੌਰੀ ਤੜਵਾ ਦੀ ਹੈ ਅਸੀਂ ਫਿਰ ਕਿਸਾਨ ਯੂਨੀਅਨਾਂ ਦੇ ਨਾਲ ਸਾਥ ਲਿਆ ਲੈ ਕੇ ਅਤੇ ਅਸੀਂ ਅੱਜ ਇਸੇ ਮਸਲੇ 'ਤੇ ਇਹ ਇਕੱਠ ਕੀਤਾ ਕਿ ਸਾਡੀ ਜਿਹੜੀ ਗਰਦੌਰੀ ਉਹ ਵਾਪਸ ਕੀਤੀ ਜਾਵੇ ਹੁਣ ਡੀ ਸੀ ਸਾਹਿਬ ਨੂੰ ਅਸੀਂ ਮਿਲੇ ਸੀਗੇ ਇਹਨਾਂ ਨੇ ਬੁਲਾ ਕੇ ਸਾਡੀ ਅੰਦਰ ਬੇਨਤੀ ਸੁਣੀ ਹੈ ਉਹਨਾਂ ਨੇ ਸਾਨੂੰ ਸ਼ੁੱਕਰਵਾਰ ਦਾ ਟਾਈਮ ਦਿੱਤਾ ਸਾਡੇ ਪੋਲੀਟੀਕਲ ਪ੍ਰੈਸ਼ਰ ਨਾਲ ਸਾਡੇ ਸਰਕਾਰ ਕੁਝ ਵਿਅਕਤੀਆਂ ਨੂੰ ਉਹ ਜ਼ਮੀਨ ਦੇ ਵਿੱਚੋਂ ਕਿਸਾਨਾਂ ਨੂੰ ਕੱਢ ਕੇ ਭੂ ਮਾਫੀਆ ਲੋਕਾਂ ਨੂੰ ਉਹ ਜ਼ਮੀਨ ਦਾ ਕਬਜ਼ਾ ਕਰਾਉਣੀ ਚਾਹੁੰਦੀ ਹੈ ਜਿਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਇੱਥੇ ਸਾਡੇ ਐਸ ਡੀ ਐਮ ਸਾਹਿਬ ਆ ਜਿਹੜੇ ਇਹਨਾਂ ਦਾ ਸਾਨੂੰ ਐਂ ਲੱਗਿਆ ਵੀ ਬਹੁਤ ਵੱਡੀ ਮਿਲੀ ਭੁਗਤ ਆ ਕਿਉਂਕਿ ਪਹਿਲਾਂ ਤਾਂ ਤਹਿਸੀਲਦਾਰ ਨੇ ਇਹਨਾਂ ਵਿਚਾਰਿਆਂ ਦੀ ਗਰਦੌਰੀ ਹੈ ਜਿਹੜੀ ਬਗੈਰ ਠੀਕ ਢੰਗ ਨਾਲ ਪ੍ਰੋਪਰ ਢੰਗ ਦੇ ਨਾਲ ਮੌਕਾ ਵੇਖੇ ਤੋਂ ਬਗੈਰ ਧੱਕੇ ਨਾਲ ਗਲਤ ਤਰੀਕੇ ਦੇ ਨਾਲ ਜ਼ਮੀਨ ਦੀ ਗਰਦੌਰੀ ਕਰਤੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਗਰੁੱਪ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ ਉਹਨਾਂ ਦਾ ਕੋਈ ਦਿਹਾਤੀ ਸਬ ਡਿਵੀਜ਼ਨ ਨਾਲ ਦੇ ਪਿੰਡ ਹੈਗਾ ਚੋਕ ਹਰੀਹਰ ਉੱਥੋਂ ਦੇ ਕੋਈ ਜ਼ਮੀਨ ਨਾਲ ਸੰਬੰਧਿਤ ਮਾਮਲਾ ਸੀਗਾ ਜਿਹਦਾ ਬਾਅਦ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਸੰਬੰਧੀ ਦੁਬਾਰਾ ਐਸ ਡੀ ਐਮ ਸਾਹਿਬ ਦੇ ਰਾਹੀਂ ਪੜਤਾਲ ਕਰਾਉਣਗੇ ਜਿਸ 'ਤੇ ਉਹਦੇ ਵਿਸ਼ਵਾਸ ਮਿਲਣ 'ਤੇ ਉਹਨਾਂ ਨੇ ਧਰਨਾ ਖਤਮ ਕਰਤਾ ਫਿਰੋਜ਼ਪੁਰ ਸੇ ਜਾਗ੍ਰਤੀ ਲਹਿਰ ਕੇ ਲੀਏ ਰਤਨ ਲਾਲ ਕੀ ਰਿਪੋਰਟ।